ਚੰਡੀਗੜ੍ਹ ਸਾਈਬਰ ਸੈੱਲ ਲਗਾਤਾਰ ਲੋਕਾਂ ਨੂੰ ਅਵੇਅਰ ਕਰਦਾ ਹੈ, ਜਿਹੜੇ ਸਟੂਡੈਂਟਸ ਨੇ ਕਾਲਜਿਸ ਸਕੂਲ ਉੱਥੇ ਜਾ ਕੇ ਸਟੂਡੈਂਟਸ ਨੂੰ ਵੀ ਅਵੇਅਰ ਕਰਦਾ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਕੈਂਪੇਨ ਜਿਹੜੀ ਚਲਾਈ ਜਾਂਦੀ ਹੈ, ਲੇਕਿਨ ਉਹਦੇ ਬਾਵਜੂਦ ਕਿਤੇ ਨਾ ਕਿਤੇ ਲੋਕਾਂ ਨੂੰ ਹਜੇ ਵੀ ਅਵੇਅਰਨੈਸ ਦੀ ਘਾਟ ਹੈ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਸੀਨੀਅਰ ਸੁਪਰਡੈਂਟੈਂਟ ਆਫ ਪੁਲਿਸ ਕੇਤਨ ਬੰਸਲ ਜੀ ਨੇ। ਬੰਸਲ ਸਰ, ਕਿਉਂਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰੀਏ, ਇੱਕ ਪਾਸੇ ਪੋਜ਼ਿਟਿਵ ਹੈ ਤਾਂ ਕਿਤੇ ਨਾ ਕਿਤੇ ਹੁਣ ਨੈਗੇਟਿਵ ਵੀ ਦਿਖ ਰਿਹਾ। ਡਿਜੀਟਲ ਅਰੈਸਟ ਦੀ ਅਸੀਂ ਗੱਲ ਕਰੀਏ, ਇਨਵੈਸਟਮੈਂਟ ਦੇ ਨਾਂ ਤੇ ਇਹ ਕਿਸ ਤਰ੍ਹਾਂ ਦੀ ਠੱਗੀਆਂ ਜਿਹੜੀ ਹੋ ਰਹੀਆਂ ਤੇ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਅਵੇਅਰ ਕਰੋ, ਬਚਣ ਦੇ ਕੀ ਰਾਹ ਹੈ? ਅੱਜ ਕੱਲ੍ਹ ਸਾਈਬਰ ਫਰਾਡ, ਡਿਜੀਟਲ ਅਰੈਸਟ, ਇਨਵੈਸਟਮੈਂਟ ਫਰਾਡ, AI ਇਹਨਾਂ ਦੇ ਨਾਮ ਤੇ ਕਾਫੀ ਫਰਾਡ ਹੋ ਰਹੇ ਨੇ ਤੇ ਬੜੀ ਬੜੀ ਅਮਾਊਂਟ ਵੀ ਇਹਦੇ ਨਾਲ ਲੋਕਾਂ ਦੀ ਜਾ ਰਹੀ ਹੈ। ਜੋ ਡਿਜੀਟਲ ਅਰੈਸਟ ਫਰਾਡ ਆ ਇਹਦੇ ਵਿੱਚ ਜੋ ਮੋਡਸ ਪਰੈਂਡੀ ਹੈ ਇਹਦੇ ਵਿੱਚ, ਉਹ ਤੁਹਾਨੂੰ ਡਰਾਉਂਦੇ ਨੇ ਜੀ ਕਿ ਤੁਹਾਡੇ ਨਾਮ ਤੇ ਕੋਈ ਵਾਰੰਟ ਨਿਕਲਿਆ ਜਾਂ ਤੁਹਾਡੇ ਨਾਮ ਤੇ ਆਧਾਰ ਕਾਰਡ ਜਾਂ ਸਿਮ ਕਾਰਡ ਕੁਝ ਮਿਸਯੂਜ਼ ਹੋ ਗਿਆ, ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਤੁਹਾਨੂੰ ਪੈਸੇ ਜਮ੍ਹਾਂ ਕਰਾਉਣ ਲਈ ਕਹਿੰਦੇ ਨੇ ਤੇ ਤੁਹਾਨੂੰ ਸਕਾਈਪ ਦੇ ਉੱਤੇ ਕਾਲ ਕਰਕੇ ਉਸ ਪੂਰਾ ਟਾਈਮ ਆਪਣੀ ਨਜ਼ਰ ਦੇ ਹੇਠਾਂ ਰੱਖਦੇ ਨੇ। ਤਾਂ ਇਹਦੇ ਵਿੱਚ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਵੀ ਚੀਜ਼ ਪੁਲਿਸ ਇੰਡੀਅਨ ਪੁਲਿਸ ਸਿਸਟਮ ਦੇ ਵਿੱਚ ਨਹੀਂ ਐਗਜ਼ਿਸਟ ਕਰਦੀ। ਬੜਾ ਕਲੀਅਰ ਹੈ, ਬਿਲਕੁਲ ਜੀ, ਕਿਤੇ ਵੀ ਐਗਜ਼ਿਸਟ ਨਹੀਂ ਕਰਦੀ ਆਈ ਥਿੰਕ ਪੂਰੇ ਵਰਲਡ ਓਵਰ। ਤਾਂ ਕੋਈ ਜੇ ਕੁਝ ਵੀ ਇਹੋ ਜਿਹੀ ਕਾਲ ਆਉਂਦੀ ਹੈ ਤਾਂ ਉਹਨਾਂ ਨੂੰ ਡਰਨ ਦੀ ਬਜਾਏ ਆਪਣੇ ਆਸ ਪਾਸ ਤੋਂ, ਆਪਣੇ ਨੀਅਰੈਸਟ ਪੁਲਿਸ ਸਟੇਸ਼ਨ ਤੋਂ, ਸਾਈਬਰ ਪੁਲਿਸ ਸਟੇਸ਼ਨ ਤੋਂ ਇਹ ਚੀਜ਼ ਵੈਰੀਫਾਈ ਕਰ ਲੈਣੀ ਚਾਹੀਦੀ ਹੈ ਤੇ ਨਾ ਕੀ ਡਰ ਕੇ ਇਹਦੇ ਵਿੱਚ ਪੈਸੇ ਟ੍ਰਾਂਸਫਰ ਕਰ ਦੇਣੇ ਚਾਹੀਦੇ ਨੇ ਜੀ। ਸਰ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹਦਾ ਇੱਕ ਮਾਮਲਾ ਵੀ ਆਇਆ ਜਗਮੋਹਨ ਸੈਕਟਰ 36 ਦਾ, ਉਹਦੇ ਵੀ ਕੰਪਲੇਂਟ ਆਈ ਹੈ, ਉਹਦੇ ਵਿੱਚ ਵੀ ਉਹਦੇ ਮੁੰਡੇ ਦੀ ਆਵਾਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਕਰਕੇ, ਕਿਉਂਕਿ ਕਿਤੇ ਨਾ ਕਿਤੇ ਜੇਕਰ ਮੇਰੀ ਆਵਾਜ਼ ਜਾਂ ਕਿਸੇ ਹੋਰ ਦੀ ਆਵਾਜ਼ ਲਾ ਕੇ ਘਰ ਵਾਲਿਆਂ ਨੂੰ ਦੱਸੂਗੇ ਤਾਂ ਇੱਕ ਪੈਨਿਕ ਦਾ ਜ਼ਰੂਰ ਕ੍ਰੀਏਟ ਹੋ ਜਾਂਦਾ। ਬਿਲਕੁਲ ਜੀ, ਜਿਵੇਂ ਪਹਿਲਾਂ ਕੈਨੇਡਾ ਤੋਂ ਕਾਲ ਕਰਕੇ ਆਉਂਦੇ ਸੀ ਉਹਦੇ ਵਿੱਚ ਵੀ ਵੌਇਸ ਕਲੋਨਿੰਗ ਹੋ ਗਈ, ਜਾਂ ਡਿਜੀਟਲ ਅਰੈਸਟ ਦੇ ਵਿੱਚ ਵੀ ਵੌਇਸ ਕਲੋਨਿੰਗ ਹੋ ਗਈ, ਤੁਹਾਡੇ ਰਿਲੇਟਿਵਸ ਦਾ ਜਾਂ ਤੁਹਾਡੇ ਬੇਟਾ ਬੇਟੀ ਦੀ ਆਵਾਜ਼ ਕੱਢ ਕੇ ਤੁਹਾਨੂੰ ਦਿਖਾਉਣਾ ਚਾਹੁੰਦੇ ਨੇ ਜੀ ਕਿ ਉਹ ਸੱਚੀ ਦੇ ਵਿੱਚ ਮੁਸ਼ਕਿਲ ਦੇ ਵਿੱਚ ਨੇ, ਤਾਂ ਸਾਨੂੰ ਬਿਲਕੁਲ ਥੋੜਾ ਪੇਸ਼ੈਂਸ ਤੋਂ ਕੰਮ ਲੈਣਾ ਚਾਹੀਦਾ, ਥੋੜਾ ਹੌਸਲਾ ਰੱਖਣਾ ਚਾਹੀਦਾ, ਤੇ ਜੇ ਕਿਸੇ ਅਨਨੋਨ ਨੰਬਰ ਤੋਂ ਕਾਲ ਆਉਂਦਾ ਪਹਿਲਾਂ ਤੁਹਾਨੂੰ ਆਪਣੇ ਰਿਲੇਟਿਵ ਨੂੰ ਕਾਲ ਕਰਕੇ ਵੈਰੀਫਾਈ ਕਰਨਾ ਚਾਹੀਦਾ ਕਿ ਉਹ ਗੱਲ ਸੱਚੀ ਹੈ ਜਾਂ ਨਹੀਂ। ਸਰ, ਚੰਡੀਗੜ੍ਹ ਮੇ ਵੀ ਇਸ ਤਰ੍ਹਾਂ ਦੇ ਮਾਮਲੇ ਆਏ ਹੈ, ਇਹ ਸੇਮ ਹੀ ਮੋਡਸ ਓਪਰੈਂਡੀ ਹੁੰਦੀ ਹੈ ਜਿੱਦਾਂ ਸੈਕਟਰ 48 ਚ ਇੱਕ ਲੇਡੀ ਦੇ ਨਾਲ ਹੋਇਆ ਸੀਗਾ ਡਿਜੀਟਲ ਅਰੈਸਟ, ਇੱਕ ਹੁਣ 36 ਚ ਜਿਹੜਾ ਜਗਮੋਹਨ ਨਾਂ ਦੇ ਹੋਏਗਾ, ਸੇਮ ਹੀ ਮੋਡਸ ਓਪਰੈਂਡੀ ਹੁੰਦੀ ਜੀ? ਬਿਲਕੁਲ, ਇਹ ਸੇਮ ਮੋਡਸ ਓਪਰੈਂਡੀ ਪੂਰੇ ਇੰਡੀਆ ਦੇ ਵਿੱਚ ਹੀ ਚੱਲ ਰਹੀ ਹੈ ਤੇ ਕੋਈ ਸਿਰਫ ਚੰਡੀਗੜ੍ਹ ਤੱਕ ਪਾਰਟਿਕੂਲਰ ਨਹੀਂ, ਤਾਂ ਇਹਦੇ ਵਿੱਚ ਸਾਰੀ ਇੰਡੀਆ ਦੇ ਵਿੱਚ ਹੀ ਸਾਰੀ ਪੁਲਿਸ ਫੋਰਸਿਸ ਦੇ ਉੱਤੇ ਕੰਮ ਕਰ ਰਹੀਆਂ ਨੇ, ਅਸੀਂ ਵੀ ਕੰਮ ਕਰ ਰਹੇ ਹਾਂ, ਕਿਵੇਂ ਕਿਵੇਂ ਚੱਲ ਰਿਹਾ, ਕਿੱਥੋਂ ਕੋਈ ਇਹਦੇ ਫੋਰਨ ਓਰੀਜਿਨਸ ਨੇ ਜੋ ਵੀ ਇੰਡੀਅਨ ਓਰੀਜਿਨਸ ਦੇ, ਉਹਨਾਂ ਦੇ ਉੱਤੇ ਲਗਾਤਾਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਲੋਕਾਂ ਨੂੰ ਅਵੇਅਰ ਵੀ ਕਰਦੇ ਹਾਂ ਤੇ ਅਸੀਂ ਪੁਲਿਸ ਕੈਨੀਓ ਦੇ ਚੀਜ਼। ਇਨੀਸ਼ੀਅਲੀ ਕਿਤਨ ਸਰ, ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੀ ਆਇਆ, ਮੋਸਟਲੀ ਬਾਹਰੋਂ ਸਾਰੀ ਚੀਜ਼ਾਂ ਹੋ ਰਹੀਆਂ ਨਹੀਂ? ਇਹਦੇ ਵਿੱਚ ਜੀ ਬਾਹਰਲੇ ਵੀ ਲਿੰਕ ਨੇ, ਇੰਡੀਅਨ ਵੀ ਲਿੰਕ ਨੇ, ਉਹਨਾਂ ਐਕਸਪੈਕਟਸ ਦੇ ਉੱਤੇ ਇਨਵੈਸਟੀਗੇਸ਼ਨ ਲਗਾਤਾਰ ਜਾਰੀ ਹੈ ਜੀ। ਸਰ, ਡਿਜੀਟਲ ਅਰੈਸਟ ਨੂੰ ਲੈ ਕੇ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਪੇਸ਼ੈਂਸ ਰੱਖਣ ਦੀ ਲੋੜ ਹੈ, ਹੋਰ ਕਿਹੜੇ ਕਿਹੜੇ ਸਟੈਪ ਜਿਹੜੇ ਹੈਗੇ, ਕਿਉਂਕਿ ਇੱਕਦਮ ਡਰਾ ਦਿੰਦੇ ਆ, ਵੀਡੀਓ ਕਾਲਿੰਗ ਕਰਕੇ ਵੀ ਜਿਹੜਾ ਸਾਹਮਣੇ ਪੁਲਿਸ ਵਾਲਾ ਬੈਠਾ ਹੈ ਪਿੱਛੋਂ ਜਿਹੜਾ ਪੂਰਾ ਇੱਕ ਮਾਹੌਲ ਜਿਹਾ ਬਣਾ ਦਿੰਦੇ ਕਿ ਪੂਰਾ ਪੁਲਿਸ ਸਟੇਸ਼ਨ ਹੈ। ਇਹਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਕਾਫੀ ਟਾਈਮ ਤੋਂ ਇਸ ਚੀਜ਼ ਦੇ ਉੱਤੇ ਅਵੇਅਰਨੈਸ ਕਰਦੇ ਆ ਰਹੇ ਹਾਂ ਕਿ ਅਨਨੋਨ ਨੰਬਰ ਤੋਂ ਵੀਡੀਓ ਕਾਲ ਦਾ ਬਿਲਕੁਲ ਚੱਕਣੀ ਹੀ ਨਹੀਂ ਹੈ, ਕਿਉਂਕਿ ਜਿਵੇਂ ਪਹਿਲਾਂ ਸੈਕਸਟੋਸ਼ਨ ਵਗੈਰਾ ਵਾਲੇ ਫਰਾਡ ਚੱਲ ਰਹੇ ਸੀਗੇ, ਉਹਨਾਂ ਦੇ ਵਿੱਚ ਵੀ ਇਹੀ ਹੋ ਰਿਹਾ ਸੀਗਾ ਕਿ ਵੀਡੀਓ ਕਾਲ ਚੱਕਣ ਤੋਂ ਬਾਅਦ ਹੀ ਤੁਹਾਡੀ ਵੀਡੀਓ ਰਿਕਾਰਡਿੰਗ ਕਰ ਲੈਂਦੇ ਨੇ, ਤਾਂ ਕੋਈ ਵੀ ਅਨਨੋਨ ਨੰਬਰ ਤੋਂ ਕੋਈ ਵੀ ਕਾਲ ਆਉਂਦੀ ਹੈ ਤਾਂ ਸਾਨੂੰ ਬਹੁਤ ਸਤਰਕ ਰਹਿਣਾ, ਉਹਨੂੰ ਬਲੌਕ ਕਰ ਦੇਣਾ ਚਾਹੀਦਾ ਤੇ ਵੀਡੀਓ ਕਾਲ ਤਾਂ ਬਿਲਕੁਲ ਕਿਸੇ ਹਾਲਤ ਚੱਕਣੀ ਹੀ ਨਹੀਂ ਚਾਹੀਦੀ। ਠੀਕ ਹੈ ਸਰ, ਇਸ ਤੋਂ ਇਲਾਵਾ ਜਿੱਦਾਂ ਕੋਈ ਵੀਡੀਓ ਕਾਲ ਜਿਹੜੀ ਹੈਗੀ ਅਨਨੋਨ ਨੰਬਰ ਤੇ ਤੁਸੀਂ ਕਾਲ ਨਾ ਕਰੋ, ਬਾਈ ਚਾਂਸ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਤਾਂ ਨਾਲ ਦੇ ਨਾਲ ਤੁਸੀਂ ਕਿਸ ਤਰ੍ਹਾਂ ਦੇ ਨੰਬਰ ਦਿੱਤੇ ਹੋਏ ਨੇ, ਕਿਸ ਤਰ੍ਹਾਂ ਦੀ ਹੈਲਪਲਾਈਨ ਨੰਬਰ ਤੁਸੀਂ? ਇਹਦੇ ਵਿੱਚ ਜਿਵੇਂ ਸਾਈਬਰ ਹੈਲਪਲਾਈਨ ਦਾ ਨੰਬਰ ਆ 1930, ਉਹਦੇ ਉੱਤੇ ਕਾਲ ਕਰ ਸਕਦੇ ਆ, ਜਾਂ ਜੋ ਵੀ ਲੋਕਲ ਤੁਹਾਡਾ ਪੁਲਿਸ ਸਟੇਸ਼ਨ ਆ ਤੁਸੀਂ ਉਹਦੇ ਨਾਲ ਡਾਇਰੈਕਟ ਸਿੱਧਾ ਕੰਟੈਕਟ ਕਰ ਸਕਦੇ ਹੋ। ਮੇਨ ਉਹੀ ਹੈ ਕਿ ਤੁਹਾਨੂੰ ਥੋੜਾ ਪੇਸ਼ੈਂਸ ਰੱਖਣੀ ਹੈ, ਬਹੁਤ ਜਲਦੀ ਡਰ ਨਹੀਂ ਜਾਣਾ ਜੇ ਤੁਸੀਂ ਕੋਈ ਗਲਤ ਕੰਮ ਨਹੀਂ ਕੀਤਾ, ਯਾਨੀ ਕਿ ਸਰ ਇਹਦੇ ਵਿੱਚ ਪੇਸ਼ੈਂਸ ਬਹੁਤ ਜ਼ਰੂਰੀ ਹੈ ਕਿਉਂਕਿ ਡਰ ਦਾ ਮਾਹੌਲ ਜ਼ਰੂਰ ਕ੍ਰੀਏਟ ਕੀਤਾ ਜੀ। ਬਿਲਕੁਲ, ਜੋ ਵੀ ਫਰਾਡਸਟਰ ਨੇ ਉਹ ਉਹੀ ਇੱਕ ਐਮਰਜੈਂਸੀ ਦਿਖਾ ਕੇ ਤੁਹਾਡੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਤੁਸੀਂ ਉਹ ਐਮਰਜੈਂਸੀ ਵਾਲੇ ਉਸ ਸਿਚੁਏਸ਼ਨ ਦੇ ਵਿੱਚ ਨਹੀਂ ਆਣਾ, ਥੋੜੀ ਪੇਸ਼ੈਂਸ ਰੱਖਣੀ ਆ, ਹੌਸਲਾ ਰੱਖਣਾ ਤੇ ਚੀਜ਼ਾਂ ਨੂੰ ਵੈਰੀਫਾਈ ਕਰਕੇ ਹੀ ਰਿਸਪੌਂਡ ਕਰਨਾ। ਸਰ, ਇੱਕ ਇਨਵੈਸਟਮੈਂਟ ਦੇ ਨਾਂ ਤੇ ਵੀ ਫਰਾਡ ਹੋ ਰਿਹਾ, ਵਟਸਐਪ ਗਰੁੱਪ ਬਣਾਏ ਜਾਂਦੇ, ਉਹਦੇ ਤੇ ਵੀ ਕੰਮ ਕਰ ਰਹੇ ਸਾਈਬਰ ਸੈੱਲ?
ਨਹੀਂ ਬਿਲਕੁਲ ਜੀ, ਜਿਵੇਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਜੋ ਵੀ ਸਾਈਬਰ ਫਰਾਡ ਨੇ ਕਿਤੇ ਨਾ ਕਿਤੇ ਗਰੀਡ ਜਾਂ ਫੀਅਰ ਨੂੰ ਲੈ ਕੇ ਹੁੰਦੇ ਨੇ, ਤਾਂ ਜੋ ਇਹ ਡਿਜੀਟਲ ਅਰੈਸਟ ਫਰਾਡ ਹੈ ਇਹ ਤੁਹਾਡੇ ਫੀਅਰ ਨੂੰ ਲੈ ਕੇ ਹੋ ਰਿਹਾ, ਤੁਹਾਨੂੰ ਬੰਦਾ ਡਰ ਦੇ ਵਿੱਚ ਪਾ ਰਿਹਾ ਉਵੇਂ। ਇਹ ਇਨਵੈਸਟਮੈਂਟ ਫਰਾਡ ਨੇ ਲਾਲਚ ਦੇ ਕਰਕੇ ਹੋ ਰਹੇ ਨੇ, ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਕਿ ਤੁਹਾਨੂੰ ਬਹੁਤ ਹਾਈ ਰਿਟਰਨਸ ਮਿਲਣਗੀਆਂ, ਤੇ ਸਟਾਰਟਿੰਗ ਇਨਵੈਸਟਮੈਂਟ ਦੇ ਵਿੱਚ ਉਹ ਰਿਟਰਨਸ ਦਿੰਦੇ ਵੀ ਨੇ, ਤਾਂ ਕੋਈ ਵੀ ਇਹ ਜੀ ਇਨਵੈਸਟਮੈਂਟ ਸਕੀਮ ਦੇ ਵਿੱਚ ਜਿਹਦੇ ਵਿੱਚ ਜ਼ਿਆਦਾ ਰਿਟਰਨਸ ਪ੍ਰੋਮਿਸ ਕੀਤੀਆਂ ਜਾਂਦੀਆਂ ਹਨ, ਖਾਸ ਕਰਕੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਾਂ ਕੋਈ ਲਿੰਕ ਕਲਿੱਕ ਕਰਕੇ ਵਟਸਐਪ ਤੋਂ ਥਰੂ ਟੈਲੀਗ੍ਰਾਮ ਦੇ ਵਿੱਚ ਤੁਸੀਂ ਜਦੋਂ ਐਡ ਹੁੰਦੇ ਹੋ, ਤਾਂ ਇਹਨਾਂ ਸਭ ਤੋਂ ਧਿਆਨ ਰੱਖਣਾ ਚਾਹੀਦਾ ਤੇ ਪ੍ਰੋਪਰ ਵੈਰੀਫਾਈ ਕਰਕੇ ਹੀ ਇਨਵੈਸਟ ਕਰਨਾ ਚਾਹੀਦਾ। ਇਹਦੇ ਵਿੱਚ ਇੱਕ ਕਨਫਿਊਜ਼ਨ ਹੈ ਕਿ ਜਿੱਦਾਂ ਜਿਹੜੇ ਫਰੌਡਸਟਰ ਨੇ ਉਹਨਾਂ ਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਉਹਦਾ ਬੇਟਾ ਜਿਹੜਾ ਉਹ ਫੋਰਨ ਚ ਹੈਗਾ ਜਾਂ ਬਾਹਰ ਪੜਦਾ, ਕਿਉਂਕਿ ਉਹ ਤਾਂ ਟਾਰਗੇਟ ਹੀ ਉਸਨੇ ਕਰ ਦੋਗੇ ਤੁਹਾਡੇ ਬੇਟੇ ਦਾ ਟੈਰਿਸਟ ਜਿਹੜੇ ਹੈਗਾ ਉਹ ਐਕਟੀਵਿਟੀ ਆ ਗਈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਵੀ ਸਾਈਬਰ ਸੈੱਲ ਨੇ ਕੰਮ ਕੀਤਾ ਸਰ? ਨਹੀਂ, ਅਸੀਂ ਤਾਂ ਬਿਲਕੁਲ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਵੇਂ ਬਾਕੀ ਇਹ ਸਾਈਬਰ ਫਰੌਡਸਟਰਸ ਦਾ ਜੋ ਵੀ ਡਾਟਾ ਹੈ ਡਾਰਕ ਨੈਟ ਤੋਂ ਲੈ ਰਹੇ ਨੇ ਕਿਵੇਂ ਲੈ ਰਹੇ ਨੇ, ਉਹ ਅਸੀਂ ਜੋ ਵੀ ਕੇਸਿਸ ਆਉਂਦੇ ਨੇ ਅਵੇਅਰਨੈਸ ਵੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਇਨਵੈਸਟੀਗੇਸ਼ਨ ਵੀ ਕਰ ਰਹੇ ਹਾਂ ਜੀ।